ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਕਿ ਤੁਸੀਂ ਸਾਰੇ ਬਹੁਤ ਘੈਂਟ ਹੋਵੋਗੇ ਅਤੇ ਅੱਜ ਦੇ ਵਲੋਗ ਦਾ ਟਾਈਟਲ ਪੜ੍ਹ ਕੇ ਤੁਹਾਨੂੰ ਪਤਾ ਚੱਲ ਹੀ ਗਿਆ ਹੋਏਗਾ ਕਿ ਇਹ ਵਲੋਗ ਹਾਊਸ ਟੂਰ ਦੇ ਬਾਰੇ ਹੋਣ ਵਾਲਾ ਹੈ। ਅਤੇ ਅੱਜ ਅਸੀਂ ਆਪਣੇ ਘਰ ਦੇ ਵਿੱਚ ਮੂਵ ਕਰ ਰਹੇ ਹਾਂ ਅਤੇ ਪਹਿਲਾਂ ਮੈਂ 1.5-2 ਮਹੀਨੇ ਕਿਤੇ ਹੋਰ ਰਹਿ ਰਿਹਾ ਸੀਗਾ ਅਤੇ ਅੱਜ ਆਪਾਂ ਨਵੇਂ ਘਰ ਦੇ ਵਿੱਚ ਸ਼ਿਫਟ ਕਰ ਰਹੇ ਹਾਂ ਅਤੇ ਤੁਹਾਨੂੰ ਹਾਊਸ ਟੂਰ ਦਿੰਦੇ ਹਾਂ ਅਤੇ ਫਿਰ ਕਮੈਂਟ 'ਚ ਜ਼ਰੂਰ ਦੱਸਿਓ ਕਿ ਕਿਵੇਂ ਦਾ ਲੱਗਾ। ਅਤੇ ਥੈਂਕ ਯੂ ਸੋ ਮੱਚ ਪੁਰਾਣੇ ਵਲੋਗਸ ਨੂੰ ਤੁਸੀਂ ਦੇਖ ਰਹੇ ਹੋ, ਅਗਰ ਨਹੀਂ ਦੇਖੇ ਤਾਂ ਜਾ ਕੇ ਪਲੀਜ਼ ਦੇਖੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਹਾਊਸ ਟੂਰ ਤੁਹਾਨੂੰ ਦਿਖਾਉਂਦੇ ਹਾਂ, ਆ ਜਾਓ। ਆ ਜਾ ਆਪਣੇ ਘਰ ਦੀ ਫਰੰਟ ਲੁੱਕ ਅਤੇ ਆਹ ਵੈਨ ਦੇ ਵਿੱਚ ਆਪਾਂ ਸਮਾਨ ਲੈ ਕੇ ਆਏ ਹੋਏ ਹਾਂ ਅਤੇ ਇਹ ਫੋਰ ਸੇਲ ਲਿਖਿਆ ਹੋਇਆ ਪਰ ਹੁਣ ਇਹ ਫਾਈਨਲੀ ਆਪਾਂ ਰੈਂਟ ਆਊਟ ਕਰ ਲਿਆ ਹੈ। ਖਰੀਦਿਆ ਨਹੀਂ ਆ, ਲੀਜ਼ 'ਤੇ ਲਿਆ ਵਾ 6 ਮਹੀਨੇ ਲਈ, ਉਸ ਤੋਂ ਬਾਅਦ ਅਗਰ ਐਕਸਟੈਂਡ ਕਰਨਾ ਹੋਊਗਾ ਤਾਂ ਠੀਕ ਆ। ਅਤੇ ਇੱਦਾਂ ਦੀ ਇੱਥੋਂ ਬਾਹਰੋਂ ਲੁੱਕ ਆ, ਆਪਣੀ ਪੂਰੀ ਦੀ ਪੂਰੀ ਸੁਸਾਇਟੀ ਕਹਿ ਸਕਦੇ ਹਾਂ, ਆਈ ਡੋਂਟ ਨੋ ਕੀ ਕਹਿੰਦੇ ਇੱਥੇ, ਬਟ ਆਪਾਂ ਆਪਣੇ ਤੋਂ ਤਾਂ ਸੁਸਾਇਟੀ ਕਹਿੰਦੇ ਆ। ਅਤੇ ਇਹ ਆ ਹੈਗਾ ਆਪਣਾ ਗਰਾਜ, ਇਹ ਗਰਾਜ ਦੀ ਕੀ ਮੈਂ ਉੱਪਰ ਭੁੱਲ ਗਿਆ, ਮੈਂ ਬਾਅਦ ਦਿਖਾਉਂਦਾ ਤੁਹਾਨੂੰ। ਇੱਥੋਂ ਆਪਣੀ ਇੱਕ ਗਰਾਜ ਤੋਂ ਵੀ ਐਂਟਰੀ ਕਰ ਸਕਦੇ ਹਾਂ ਅਤੇ ਗੱਡੀ ਗੁੱਡੀ ਲਗਾਉਣੀ ਹੋਏ ਤਾਂ ਇੱਥੋਂ ਆਪਣੀ ਮੇਨ ਐਂਟਰੀ ਆ ਤੋਂ ਸਟਾਰਟ ਹੋ ਗਏ। ਆ ਪੱਲਾ ਰੂਮ ਹੈ, ਭਾਅ ਜੀ ਕਰ ਰਹੇ ਬੈੱਡ ਅਸੈਂਬਲ। ਹਾਂਜੀ, ਕਿੰਨਾ ਕੁ ਟਾਈਮ ਲੱਗਣਾ? ਅੱਧਾ ਘੰਟਾ। ਇੱਥੇ ਬੈੱਡ ਇੱਦਾਂ ਦੇ ਹੁੰਦੇ ਆ, ਆਪ ਅਸੈਂਬਲ ਕਰਨੇ ਪੈਂਦੇ, ਸਾਰਾ ਕੁਛ ਆਪ ਹੀ ਕਰਨਾ ਪੈਂਦਾ। ਅਤੇ ਇੱਥੋਂ ਦਰਵਾਜ਼ਾ ਮੇਨ ਬੰਦ, ਇੱਥੋਂ ਲਾਈਟਿੰਗ ਲਾਈਟ ਔਨ ਕਰ ਲਈਏ। ਇੱਥੋਂ ਸਟਾਰਟਿੰਗ ਹੋ ਜਾਂਦੀ ਆਪਣੇ, ਇੱਥੋਂ ਆਪਣਾ ਆ ਜਾਂਦਾ ਫਸਟ ਵਾਸ਼ਰੂਮ, ਆਪਣਾ ਫਸਟ ਬਾਥਰੂਮ ਇੱਥੇ ਆ ਜਾਂਦਾ। ਇੱਥੇ ਆ ਸੀਨਰੀ ਲੱਗੀ ਹੋਈ ਆ। ਫਿਰ ਅੱਗੇ ਜਾ ਕੇ ਇਹ ਗਰਾਜ ਦਾ ਆ ਗਿਆ ਡੋਰ, ਗਰਾਜ ਇੱਥੋਂ ਵੀ ਬੰਦ ਹੋ ਜਾਂਦਾ, ਰਿਮੋਟ ਤੋਂ ਵੀ ਹੋ ਜਾਂਦਾ, ਇੱਥੋਂ ਪ੍ਰੈਸ ਕਰੋ ਗਰਾਜ ਸਾਰਾ ਬੰਦ ਹੋ ਜਾਂਦਾ ਆਪਣੇ ਆਪ ਹੀ। ਅਤੇ ਆ ਆਪਣਾ ਲੌਂਡਰੀ ਏਰੀਆ ਕਹਿ ਸਕਦੇ, ਇੱਥੇ ਵਾਸ਼ਿੰਗ ਮਸ਼ੀਨ ਵਗੈਰਾ ਆਏਗੀ। ਅਤੇ ਇਸ ਤੋਂ ਬਾਅਦ ਜਿਹੜਾ ਸਭ ਤੋਂ ਘੈਂਟ ਮੈਨੂੰ ਲੱਗਦਾ ਸਪੈਸ਼ਲੀ, ਸਭ ਤੋਂ ਘੈਂਟ ਏਰੀਆ ਜਿਹੜਾ ਆਪਣੇ ਘਰ ਦਾ ਲੱਗਦਾ ਮੈਨੂੰ, ਆ ਏਅਰ ਕੰਡੀਸ਼ਨਿੰਗ ਦਾ ਪੂਰਾ ਸਿਸਟਮ, ਆਊਟਪੁੱਟ ਯੂਨਿਟ ਰੱਖੀ ਹੋਈ ਆ। ਆ ਆਪਣਾ ਬਾਹਰ ਵਾਲਾ ਏਰੀਆ, ਇੱਥੇ ਆਪਾਂ ਬੈਠ ਸਕਦੇ ਹਾਂ, ਪਾਰਟੀ ਕਰ ਸਕਦੇ, ਬਾਰਬੀਕਿਊ ਕਰ ਸਕਦੇ ਹਾਂ। ਸਭ ਤੋਂ ਫੇਵਰੇਟ ਘੈਂਟ ਮੇਰਾ ਆਹ ਸਪੋਟ, ਮੈਨੂੰ ਇਹ ਸਭ ਤੋਂ ਵਧੀਆ ਲੋਕੇਸ਼ਨ ਲੱਗੀ ਆ। ਅਤੇ ਬੈਠ ਕੇ ਆਪਾਂ ਪਾਰਟੀ ਵਗੈਰਾ ਕਰ ਸਕਦੇ ਹਾਂ, ਪੱਖੇ ਲੱਗੇ ਹੋਏ ਆ ਇੱਥੇ ਆਰਾਮ ਨਾਲ, ਹਾਊਸ ਪਾਰਟੀ ਕਰ ਸਕਦੇ ਹਾਂ, ਈਜ਼ੀਲੀ ਕਰ ਸਕਦੇ ਹਾਂ, ਕਾਫੀ ਸਪੇਸ ਆ। ਉਸ ਤੋਂ ਬਾਅਦ ਆਪਾਂ ਅੰਦਰ ਜਾਂਦੇ ਹਾਂ, ਇਹਨੂੰ ਕਰਦੇ ਹਾਂ ਬੰਦ, ਦੈਟਸ ਇਟ। ਸੋ ਇਸ ਤੋਂ ਇਹ ਆਪਣਾ ਪੂਰਾ ਦਾ ਪੂਰਾ ਇੱਥੋਂ ਘਰ ਦਾ ਸਿਸਟਮ ਕੰਟਰੋਲ ਹੋ ਜਾਂਦਾ, ਲਾਈਟਿੰਗ ਹੋ ਗਿਆ, ਬੈੱਡ ਆ, ਲਿਵਿੰਗ ਲੌਂਜ, ਬੈੱਡ ਫੋਰ, ਮਾਸਟਰ ਰੂਮ, ਬੈੱਡ ਫੋਰ, ਇੱਥੋਂ ਆਪਾਂ ਪੂਰੇ ਦਾ ਪੂਰਾ ਏਅਰ ਕੰਡੀਸ਼ਨਿੰਗ ਦਾ ਸਿਸਟਮ ਚੱਲ ਜਾਂਦਾ, ਲਾਈਟ ਕੰਟਰੋਲ ਹੋ ਜਾਂਦੀ ਆ। ਅਤੇ ਆਹ ਆਪਣਾ ਹੈਗਾ ਕਿਚਨ ਏਰੀਆ, ਓਪਨ ਨਹੀਂ ਆ ਕਿਚਨ ਏਰੀਆ, ਇਹ ਹਾਲੇ ਪੂਰਾ ਖਾਲੀ ਪਿਆ। ਇੱਥੇ ਸਮਾਨ ਲੈ ਕੇ ਆਉਂਦੇ ਹਾਂ, ਸ਼ਿਫਟ ਕਰਦੇ ਹਾਂ, ਇੱਥੇ ਆਪਾਂ ਡਾਇਨਿੰਗ ਟੇਬਲ ਵਗੈਰਾ ਲਗਾ ਸਕਦੇ ਹਾਂ। ਆਹ ਤਾਂ ਪੂਰਾ ਦਾ ਪੂਰਾ ਇੱਥੇ ਲਾਈਟਿੰਗ ਲੱਗੀ ਹੋਈ ਆ, ਡਿਸ਼ ਵਾਸ਼ਰ, ਆਪਣੀ ਗੈਸ ਲੱਗੀ ਹੋਈ ਹੈ, ਇੱਥੇ ਸਾਰਾ ਸਮਾਨ ਆਪਾਂ ਸ਼ਿਫਟ ਕਰਦੇ ਹਾਂ। ਅਤੇ ਉਹ ਜਿਹੜਾ ਏਰੀਆ ਸੀਗਾ ਬਾਹਰ ਵਾਲਾ, ਪਾਰਟੀ ਏਰੀਆ ਜਿਹਨੂੰ ਕਹਿ ਸਕਦੇ ਹਾਂ, ਬਾਲਕਨੀ, ਪਤਾ ਨਹੀਂ ਕੀ ਕਹਿਣਾ, ਆਈ ਡੋਂਟ ਨੋ ਕੀ ਕਹਿ ਸਕਦੇ ਹਾਂ, ਉਹ ਇੱਥੋਂ ਵੀ ਉਹਦੀ ਐਂਟਰੀ ਹੈਗੀ ਆ, ਤਾਂ ਇੱਥੇ ਵੀ ਕਰ ਸਕਦੇ ਹਾਂ, ਇੱਥੋਂ ਦੀ ਆ ਕੇ ਪਾਰਟੀ ਕਰ ਸਕਦੇ, ਚਿੱਲ ਕਰ ਸਕਦੇ ਹਾਂ। ਸੋ ਇਹ ਸੀਗਾ ਆਪਣਾ ਨੀਚੇ ਵਾਲਾ ਯੂਨਿਟ, ਇਹ ਵਾਸ਼ਿੰਗ ਏਰੀਆ ਵਾਲਾ। ਇਸ ਤੋਂ ਬਾਅਦ ਆਪਾਂ ਉੱਪਰ ਵਾਲੇ ਫਲੋਰ 'ਤੇ ਜਾਂਦੇ ਹਾਂ, ਉੱਪਰ ਵਾਲੇ ਫਲੋਰ 'ਤੇ ਜਾ ਕੇ ਸਭ ਤੋਂ ਪਹਿਲਾਂ ਇੱਕ ਸਿੰਗਲ ਬੈੱਡਰੂਮ ਇਹ ਆ ਜਾਂਦਾ ਵਾ, ਇਨਫ ਸਪੇਸ ਆ, ਇੱਕ ਬੰਦਾ ਈਜ਼ੀਲੀ ਰਹਿ ਸਕਦਾ। ਅਤੇ ਆਪਣਾ ਇੱਥੇ ਆਪਾਂ LED ਵਗੈਰਾ TV ਲਗਾ ਕੇ ਦੇਖ ਸਕਦੇ ਹਾਂ ਆਪਣਾ। ਇੱਕ ਆ ਸੈਕਿੰਡ ਬੈੱਡਰੂਮ ਇਹ ਆ, ਇੱਥੇ ਹਾਲੇ ਪ੍ਰੋਪਰ ਸੈਟਿੰਗ ਵਗੈਰਾ ਕਰਨੀ ਹੈ, ਸਮਾਨ ਲੈ ਕੇ ਆ ਰਹੇ ਹਾਂ। ਥਰਡ ਬੈੱਡਰੂਮ ਇਹ ਹੋ ਗਿਆ, ਇੱਕ ਨੀਚੇ ਵੀ ਸੀਗਾ ਫੋਰਥ ਬੈੱਡਰੂਮ ਉਹ। ਅਤੇ ਇੱਥੋਂ ਵੀ ਆਪਣੇ ਲਾਈਕ ਪੂਰੇ ਆਪਾਂ ਘਰ ਦੀ ਕੰਟਰੋਲ ਕਰ ਸਕਦੇ ਹਾਂ, ਏਅਰ ਕੰਡੀਸ਼ਨਿੰਗ, ਲਾਈਟਿੰਗ, ਸਾਰਾ ਕੁਛ ਆਪਾਂ ਇੱਥੋਂ ਕੰਟਰੋਲ ਕਰ ਸਕਦੇ ਹਾਂ। ਜਿੱਦਾਂ ਫੈਨ ਔਨ ਕਰਨਾ ਹੋਵੇ, ਏਅਰ ਬੈੱਡ ਕਿਹੜੇ ਬੈੱਡ ਦਾ ਟੈਂਪਰੇਚਰ ਕਿੰਨਾ ਰੱਖਣਾ, ਔਨ ਕਰਨਾ, ਫੈਨ, ਸਾਰਾ ਕੁਛ ਇੱਥੋਂ ਹੀ ਆ, ਹਾਲੇ ਮੈਨੂੰ ਵੀ ਨਹੀਂ ਪਤਾ, ਦੇਖਦੇ ਹਾਂ। ਮਤਲਬ ਸਾਰਾ ਦਾ ਸਾਰਾ ਸਿਸਟਮ ਇੱਥੋਂ ਹੀ ਕੰਟਰੋਲ ਹੋ ਜਾਂਦਾ। ਅਤੇ ਉਸ ਤੋਂ ਬਾਅਦ ਇੱਕ ਆਇਦਾ ਵਾਸ਼ਰੂਮ, ਇੱਕ ਨੀਚੇ ਵਾਸ਼ਰੂਮ ਹੀ, ਇੱਕ ਸੈਕਿੰਡ ਵਾਸ਼ਰੂਮ ਹੈ, ਇਹ ਆਪਣਾ ਸੈਕਿੰਡ ਵਾਸ਼ਰੂਮ ਆਇਆ ਵਾ ਜਿੱਥੋਂ ਮੈਂ ਵੀਡੀਓ ਸਟਾਰਟ ਕੀਤੀ ਸੀ। ਅਤੇ ਇਹ ਆ ਟੋਇਲੇਟ, ਆਈ ਡੋਂਟ ਨੋ ਇਹਨੂੰ ਜਕੂਜ਼ੀ ਬੋਲਦੇ ਆ, ਬਾਥਟੱਬ ਬੋਲਦੇ ਆ, ਚਲੋ ਜੋ ਵੀ ਬੋਲਦੇ ਆ, ਇਹ ਇੱਥੇ ਲੱਗਾ ਹੋਇਆ ਵਾ, ਡੀਸੈਂਟ ਜਿਹਾ ਬਾਥਰੂਮ ਹੈ, ਘੈਂਟ ਆ। ਅਤੇ ਉਸ ਤੋਂ ਬਾਅਦ ਆ ਜਾਂਦਾ
सैकेंड वॉशरूम यह हो गया। इतने आप अपने लाइक फुटवीयर वगैरह रख सकते हैं, काफ़ी इनफ स्पेस आ। आह बैडरूम मैं ऑलरेडी दिखा चुका। फिर इस तो साइड आए था मास्टर बैडरूम, यदि लाइट ऑन कर लें इतों। आ गया मास्टर बैडरूम। मास्टर बैडरूम के काफ़ी इनफ सारे रूम्स के नालों वड्डा रूम है। तो ये कबड एरिया बनया हुआ वा, यदि अपनी अटैच्ड कबड एरिया वा, अटैच्ड वॉशरूम आ। थर्ड वॉशरूम यह आ गया, काफ़ी सही है भी आ। हीटर लगा हुआ, हूँ नहाँ का शावर एरिया, टॉयलेट आ गया। ये हैगी अटैच्ड बालकनी, बालकनी का एक्सेस भी है ये। ओए होए 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 कैंट व्यू पूरा। मैंने तो परसनली यही सब तो वधिया रूम लगा। देखते हैं हुण केड़ा केड़ा रूम किहदे हिस्से आंदा। हो गया अपने टोटल 5 बैडरूम आ, 3 बाथरूम, किचन एरिया, लॉन्ज एरिया, ओपन एरिया, काफ़ी इनफ स्पेस आ। तो हुण देखते हैं अपने हिस्से केड़ा रूम आंदा, केड़ा सलाह करके केड़ा केड़ा रूम किहदे हिस्से आंदा। वैसे मैं परसनली आ मास्टर बैडरूम ओबियसली पता नहीं कौन लेगा, ये तो सारे ही पसंद आएगा। तो नीचे वाला अपना पार्टी एरिया जिहड़ा मैं तुहानूं दस्सिया, मैनूं सब तो वधिया वो लगा, उत्थे बैठ सकते हैं आप आराम दे नाल। बाकी सारे ने तो काम ते ही जाना, दिने काम ते जाना, यूनिवर्सिटी जाना है ना, तो बस सोना ही आना वा, बस थोड़ा बहुत चिल करना। गुड आ माहौल, घर पूरा एक नंबर आ, घेंट आ, बस वधिया जिहा माहौल बन जाए। इत्थे मेरी यूनिवर्सिटी भी स्टार्ट हो चुकी आ, मतलब जो मैं ब्लॉग अपलोड करूँगा आई थिंक हो चुकी होएगी मेरी 24th of November ओरिएंटेशन है। आई डोंट नो जो मैं ब्लॉग अपलोड कराँगा शायद हो गई होएगी यूनिवर्सिटी स्टार्ट। तो कमेंट करके जरूर दस्यो कि घर साडा किवें दा लग्या, हले समान वगैरह इतने पूरा शिफ्ट करना, तो इतें ही ब्लॉग बनावा करांगे वधिया वधिया ब्लॉग। सपोर्ट कर दो, अगे होर भी ब्लॉग आने वाले आ। अपना सामने आ जाता गैराज, इतों स्टार्टिंग हो जाती अपने घर की। तुम आस पास का एरिया देख ही सकते हो, गैराज तो हूँ अपने आप गैराज खोल जाएगा। ये पता नहीं हूँ कौन गड्डी लगाएगा, अपने को तो है नहीं हले चलो जेड़ा भी लाए सानू की आ। बाकी तुम घर के अंदर का हाउस टूर देने।